ਅੰਦਰ ਸਿੰਘ ਪਖੋਕੇ ਪੰਜਾਬ ਟੀਵੀ ਕੈਨੇਡਾ ਦੇ ਲਈ ਮੈਂ ਕੰਮ ਕਰਦਾ ਔਰ ਸਿੱਖ ਸੇਵਾ ਸੁਸਾਇਟੀ ਚੈਰੀਟੇਬਲ ਟਰੱਸਟ ਦਾ ਮੈਂ ਸੇਵਾਦਾਰ ਵੀ ਹਾਂ ਔਰ ਅੱਜ ਸਾਡੇ ਕੋਲ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਜਿਹੜਾ ਇਹ ਕੈਂਸਰ ਦਾ ਕੈਂਪ ਲਗਾਇਆ ਗਿਆ ਸੀ ਸਾਡੇ ਪਿੰਡ ਦੇ ਵਿੱਚ ਅੱਜ ਬਹੁਤ ਵਧੀਆ ਢੰਗ ਦੇ ਨਾਲ ਇਹ ਸਾਰਾ ਔਰਗਨਾਈਜ਼ ਜਿਹੜਾ ਹੋਇਆ ਔਰ ਬਹੁਤ ਸਾਰੇ ਪੇਸ਼ੈਂਟ ਸੈਂਕੜੇ ਪੇਸ਼ੈਂਟ ਇੱਥੇ ਆ ਕੇ ਅਤੇ ਜਿਨ੍ਹਾਂ ਨੇ ਇਸ ਕੈਂਪ ਦਾ ਲਾਭ ਲਿਆ ਬਾਰਡਰ ਏਰੀਏ ਦੇ ਵਿੱਚ ਇਹ ਆਪਣੇ ਕਿਸਮ ਦਾ ਇਹ ਸ਼ਾਇਦ ਪਹਿਲਾ ਕੈਂਪ ਸੀਗਾ ਔਰ ਹੁਣ ਹੋਰ ਵੀ ਵੇਖ ਕੇ ਡਿਮਾਂਡਸ ਵੀ ਆ ਰਹੀਆਂ ਨੇ ਫੋਨ ਕਾਲਸ ਵੀ ਆ ਰਿਹਾ ਵੀ ਕਦੀ ਇਸ ਤਰ੍ਹਾਂ ਦਾ ਕੈਂਪ ਸਾਨੂੰ ਵੀ ਦਿਓ ਔਰ ਬਹੁਤ ਸ਼ੁਕਰਗੁਜ਼ਾਰ ਹਾਂ ਵਿਸ਼ੇਸ਼ ਤੌਰ 'ਤੇ ਮੈਂ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਵੰਤ ਸਿੰਘ ਜੀ ਧਾਲੀਵਾਲ ਸਾਹਿਬ ਜਿਨ੍ਹਾਂ ਨੇ ਇਹ ਸਾਰੇ ਐਫਰਟਸ ਕੀਤੇ ਔਰ ਇਹ ਵੱਡੀ ਇੱਕ ਸੰਸਥਾ ਬਣਾ ਕੇ ਅਤੇ ਇਹ ਕੈਂਸਰ ਦੇ ਵਿਰੁੱਧ ਲੜਾਈ ਆਰੰਭ ਕੀਤੀ ਔਰ ਸਪੈਸ਼ਲ ਥੈਂਕਸ ਟੂ ਹੇਅਰ ਫੈਮਿਲੀ ਸਰਦਾਰ ਬਲਕਾਰ ਸਿੰਘ ਜੀ ਹੇਅਰ USA ਤੋਂ ਔਰ ਬੀਬੀ ਅਮਰਦੀਪ ਕੌਰ ਜੀ USA ਤੋਂ ਜਿਨ੍ਹਾਂ ਸਪੈਸ਼ਲੀ ਇਹ ਕੈਂਪ ਜਿਹੜਾ ਸਪੋਂਸਰ ਕੀਤਾ ਸਾਡੇ ਲਈ ਇਸ ਸਾਰੀ ਸੁਸਾਇਟੀ ਵੱਲੋਂ ਬਹੁਤ ਮਿਹਰਬਾਨੀ ਹੈ ਬਹੁਤ ਸ਼ੁਕਰਗੁਜ਼ਾਰ ਮੇਰੇ ਇਲਾਕੇ ਦੇ ਲੋਕ ਕਿਉਂਕਿ ਬਿਲਕੁਲ ਇਹ ਬਾਰਡਰ ਏਰੀਏ ਦਾ ਲਾਸਟ ਪਿੰਡ ਹੈ ਜੀ ਇਸ ਤੋਂ ਅੱਗੇ ਕੋਈ ਪਾਕਿਸਤਾਨੀ ਹੈ ਹੁਣ ਸਾਡੇ ਲਈ ਜਿੱਥੇ ਬੜੀ ਖੁਸ਼ੀ ਦੀ ਗੱਲ ਹੈ ਕਿ ਲਾਂਘਾ ਖੁੱਲ੍ਹ ਗਿਆ ਦੂਸਰਾ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਇੰਨੇ ਵੱਡਾ ਲੈਵਲ ਦਾ ਜਿਹੜਾ ਕੈਂਪ ਆ ਅੱਜ ਸਾਡੇ ਪਿੰਡ ਦੇ ਵਿੱਚ ਆਯੋਜਿਤ ਹੋਇਆ ਸੀਗਾ ਔਰ ਅਸੀਂ ਆਪਣੀ NGO ਸਿੱਖ ਸੇਵਾ ਸੁਸਾਇਟੀ ਚੈਰੀਟੇਬਲ ਟਰੱਸਟ ਵੱਲੋਂ ਸਾਰਾ ਪਾਣੀ ਦਾ ਪ੍ਰਬੰਧ ਜਾਂ ਹੋਰ ਜਿਹੜਾ ਇਹਦਾ ਪ੍ਰਚਾਰ ਪ੍ਰਸਾਰ ਅਸੀਂ ਕੀਤਾ ਅਸੀਂ ਕਰ ਰਹੇ ਹਾਂ ਔਰ ਕੁਛ ਪੇਸ਼ੈਂਟਸ ਐਸੇ ਵੀ ਸਾਡੇ ਨੋਟਿਸ 'ਚ ਆਏ ਨੇ ਜਿਨ੍ਹਾਂ ਦੀ ਅਸੀਂ ਫਰਦਰ ਉਹਨਾਂ ਦੇ ਇਲਾਜ ਲਈ ਮੈਡੀਸਨ ਲਈ ਵੀ ਸਾਡੀ NGO ਜਿਹੜੀ ਆ ਉਹ ਵੀ ਕੰਟਰੀਬਿਊਟ ਕਰੇਗੀ ਜਿਵੇਂ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਅਤੇ ਬੜੀ ਖੁਸ਼ੀ ਹੋਏਗੀ ਇਹਨਾਂ ਨਾਲ ਜੁੜ ਕੇ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।